ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਸਾਰੇ ਦੋਸਤਾਂ ਦਾ। ਕਣਕ ਦੀ ਵਢਾਈ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਹੁਣ ਸਾਰੇ ਕਿਸਾਨ ਕਣਕ ਦੀ ਸਾਂਭਾ ਸੰਭਾਈ ਅਤੇ ਤੂੜੀ ਬਣਾਉਣ ਦੇ ਵਿੱਚ ਲੱਗੇ ਹੋਏ ਹੈ। ਜੋ ਕਣਕ ਆਪਾਂ ਇੱਕ ਸਾਲ ਵਾਸਤੇ ਘਰ ਦੇ ਵਿੱਚ ਸਟੋਰ ਕਰਨੀ ਹੈ, ਸੋ ਉਸਦੀ ਸਾਫ਼ ਸਫਾਈ ਬੜੀ ਜ਼ਰੂਰੀ ਹੁੰਦੀ ਹੈ। ਕਾਫ਼ੀ ਨਦੀਨਾਂ ਦੇ ਬੀਜ ਅਤੇ ਹੋਰ ਰਹਿੰਦ ਖੂੰਹਦ ਜਿਹੜੀ ਉਹ ਕਣਕ ਦੇ ਵਿੱਚ ਮਿਕਸ ਹੋ ਜਾਂਦੀ ਹੈ, ਸੋ ਉਸਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ ਤਾਂ ਕਿ ਇੱਕ ਸਾਲ ਤੱਕ ਜਿਹੜੀ ਕਣਕ ਹੈ ਉਹ ਬਿਲਕੁਲ ਸੁਰੱਖਿਅਤ ਰਹਿ ਸਕੇ। ਸੋ ਅੱਜ ਆਪਾਂ ਕਣਕ ਨੂੰ ਸਾਫ਼ ਕਰਨ ਦੇ ਲਈ ਇੱਕ ਦੇਸੀ ਜੁਗਾੜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ, ਜਿਸ ਨੂੰ ਵਰਤ ਕੇ ਤੁਸੀਂ ਬੜੀ ਆਸਾਨੀ ਦੇ ਨਾਲ ਕਣਕ ਦੀ ਸਫਾਈ ਕਰਕੇ ਅਤੇ ਉਸਨੂੰ ਸਟੋਰ ਕਰ ਸਕਦੇ ਹੋ। ਇਹ ਜੋ ਕਣਕ ਤੁਸੀਂ ਦੇਖ ਰਹੇ ਹੋ, ਆਪਾਂ ਇਸੇ ਦੇਸੀ ਜੁਗਾੜ ਦੇ ਨਾਲ ਇਸ ਕਣਕ ਦੀ ਸਫਾਈ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕਣਕ ਦੀ ਸਫਾਈ ਹੈ ਜਿਹੜੀ ਹੋ ਰਹੀ ਹੈ, ਅਤੇ ਇਸ ਦੇਸੀ ਜੁਗਾੜ ਦੇ ਨਾਲ ਆਪਾਂ ਬੜੀ ਆਸਾਨੀ ਦੇ ਨਾਲ ਜਿਹੜਾ ਕਣਕ ਨੂੰ ਸਾਫ਼ ਕਰਕੇ ਇੱਕ ਸਾਲ ਦੇ ਲਈ ਆਪਾਂ ਸਟੋਰ ਕਰ ਸਕਦੇ ਹਾਂ। ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਸੀ ਜੁਗਾੜ ਹੈ। ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਗੱਤੇ ਦਾ ਡੱਬਾ ਲੈ ਕੇ ਉਸ ਦੇ ਵਿੱਚ ਛੋਟਾ ਜਿਹਾ ਸੁਰਾਖ ਕਰ ਦਿੱਤਾ ਹੈ, ਇਸ ਨੂੰ ਇੱਕ ਸਟੈਂਡ ਦੇ ਉੱਪਰ ਰੱਖ ਕੇ ਉਸ ਦੇ ਵਿੱਚ ਕਣਕ ਪਾ ਦਿੱਤੀ ਹੈ, ਅਤੇ ਇਸ ਵਿੱਚੋਂ ਥੋੜ੍ਹੀ ਥੋੜ੍ਹੀ ਕਣਕ ਹੈ ਜਿਹੜੀ ਉਹ ਲਗਾਤਾਰ ਨਿਕਲਦੀ ਰਹਿੰਦੀ ਹੈ। ਅਤੇ ਕਣਕ ਦੇ ਵਿੱਚ ਜੋ ਵੀ ਨਦੀਨਾਂ ਦੇ ਬੀਜ ਜਾਂ ਹੋਰ ਮਿੱਟੀ ਘੱਟਾ ਮਿਕਸ ਹੋਇਆ ਤਾਂ ਉਹ ਤੁਸੀਂ ਦੇਖ ਸਕਦੇ ਹੋ ਇਸ ਤੋਂ ਅਲੱਗ ਹੋ ਕੇ ਜਿਹੜਾ ਅੱਗੇ ਨਿਕਲ ਰਿਹਾ। ਇਸ ਤਰ੍ਹਾਂ ਜਿਹੜਾ ਆਪਾਂ ਇਸ ਦੇਸੀ ਜੁਗਾੜ ਦੇ ਨਾਲ ਕਣਕ ਸਾਫ਼ ਕਰ ਸਕਦੇ ਹਾਂ। ਸੋ ਇਸ ਨੂੰ ਤਿਆਰ ਕਰਨਾ ਬੜਾ ਹੀ ਆਸਾਨ ਹੈ। ਇਸ ਦੇ ਪਿੱਛੇ ਆਪਾਂ ਜਿਹੜਾ ਕੂਲਰ ਲਗਾ ਦਿੱਤਾ ਹੈ ਤਾਂ ਕੂਲਰ ਦੀ ਹਵਾ ਦੇ ਨਾਲ ਇਸ ਕਣਕ ਦੀ ਸਫਾਈ ਹੈ ਜਿਹੜੀ ਉਹ ਹੋ ਰਹੀ ਹੈ। ਸੋ ਆਪਾਂ ਇਸ ਡੱਬੇ ਦੇ ਵਿੱਚ ਉੱਪਰੋਂ ਕਣਕ ਪਾਈ ਜਾਵਾਂਗੇ ਅਤੇ ਕਣਕ ਦੀ ਸਫਾਈ ਹੈ ਜਿਹੜੀ ਉਹ ਲਗਾਤਾਰ ਹੋਈ ਜਾਣੀ ਹੈ। ਸ਼ਾਮ ਤੱਕ ਇੱਕ ਬੰਦਾ ਜਿਹੜਾ 40 ਤੋਂ 50 ਮਣ ਕਣਕ ਬੜੇ ਆਰਾਮ ਦੇ ਨਾਲ ਇਸ ਦੇਸੀ ਜੁਗਾੜ ਦੇ ਨਾਲ ਸਾਫ਼ ਕਰ ਸਕਦਾ ਹੈ। ਸੋ ਦੋਸਤੋ, ਤੁਸੀਂ ਵੀ ਇਸ ਦੇਸੀ ਜੁਗਾੜ ਦੇ ਨਾਲ ਆਪਣੀ ਕਣਕ ਦੀ ਸਫਾਈ ਕਰ ਸਕਦੇ ਹੋ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।